ਸਾਡੇ ਕਾਲਜ ਦੇ ਪੋਸਟ ਗ੍ਰੈਜੂਏਟ ਫੈਸ਼ਨ ਡਿਜ਼ਾਇਨਿੰਗ ਔਰ ਹੋਮ ਸਾਇੰਸ ਦੇ ਵਿਭਾਗ ਵੱਲੋਂ ਐਗਜੀਬਿਸ਼ਨ ਲਾਈ ਗਈ ਆ ਔਰ ਇਸ ਐਗਜੀਬਿਸ਼ਨ ਦੇ ਵਿੱਚ ਜਿੱਥੇ ਬੱਚਿਆਂ ਨੂੰ ਅਸੀਂ ਟ੍ਰੇਨ ਕੀਤਾ ਗਿਆ, ਬੱਚਿਆਂ ਦੁਆਰਾ ਬਣਾਈਆਂ ਹੋਈਆਂ ਚੀਜ਼ਾਂ ਨੂੰ ਸਾਹਮਣੇ ਦਰਸਾਇਆ ਗਿਆ ਹੈਗਾ, ਉੱਥੇ ਸੇਲ ਦੇ ਤੌਰ 'ਤੇ ਵੀ ਲਾਇਆ ਗਿਆ ਹੈ। ਸਾਡਾ ਫੈਸ਼ਨ ਡਿਜ਼ਾਇਨਿੰਗ ਡਿਪਾਰਟਮੈਂਟ ਬਹੁਤ ਪ੍ਰੋਐਕਟਿਵ ਡਿਪਾਰਟਮੈਂਟ ਹੈਗਾ, ਜਿਹੜਾ ਲਗਾਤਾਰ, ਇਹ ਨਹੀਂ ਵੀ ਸਿਰਫ ਐਗਜੀਬਿਸ਼ਨ ਵੇਲੇ ਕੰਮ ਆ, ਰਾਊਂਡ ਦਾ ਈਅਰ ਸਾਰਾ ਸਾਲ ਲਗਾਤਾਰ ਇਹਨਾਂ ਦਾ ਕੰਮ ਚੱਲਦਾ ਰਹਿੰਦਾ। ਬੱਚਿਆਂ ਦੀ ਟ੍ਰੇਨਿੰਗ ਚੱਲਦੀ ਰਹਿੰਦੀ ਹੈ, ਬੱਚਿਆਂ ਦੇ ਕੰਮ ਚੱਲਦੇ ਰਹਿੰਦੇ ਨੇ ਔਰ ਬੱਚਿਆਂ ਨੂੰ ਤਰ੍ਹਾਂ ਤਰ੍ਹਾਂ ਦੀ ਸਿਖਲਾਈ ਜਿਹੜੀ ਹੈ ਦਿੱਤੀ ਜਾਂਦੀ ਹੈ। ਕਿ ਫੁਲਕਾਰੀ ਦੀ ਕਢਾਈ ਵੀ ਸਾਡੇ ਬੱਚਿਆਂ ਨੇ ਆਪ ਕੀਤੀ ਔਰ ਇਸ ਵੇਲੇ ਫੁਲਕਾਰੀ ਦਾ ਇੰਨਾ ਕੁ ਕੰਮ ਹੈਗਾ, ਜੇ ਬੰਦੇ ਚਾਹੁਣ ਕਿ ਉੱਦਮੀ ਬਣਨਾ, ਸਾਰੇ ਸੰਸਾਰ ਦੇ ਵਿੱਚ ਸਾਡੀ ਫੁਲਕਾਰੀ ਪ੍ਰਸਿੱਧ ਹੈਗੀ ਆ। ਇਸੇ ਤਰ੍ਹਾਂ ਚਾਹੇ ਉਹ ਬ੍ਰਾਈਡਲ ਡਰੈਸਿਸ ਦੀ ਗੱਲ ਆ, ਚਾਹੇ ਉਹ ਕੈਜੂਅਲ ਵੀਅਰਸ ਦੀ ਗੱਲ ਆ, ਚਾਹੇ ਉਹ ਬੱਚਿਆਂ ਦੀ ਡਰੈੱਸਾਂ ਦੀ ਗੱਲ ਆ, ਚਾਦਰਾਂ ਨੇ, ਚਾਹੇ ਬੈੱਡ ਸ਼ੀਟਸ ਹੈਗੀਆਂ ਨੇ, ਚਾਹੇ ਡਾਇਨਿੰਗ ਦੇ ਜਿਹੜੇ ਕਵਰ ਨੇ, ਭਾਵ ਕੀ ਆ ਕਿ ਸਾਰੇ ਪਾਸੇ ਕਵਰੇਜ ਜਿਹੜੀ ਕੀਤੀ ਗਈ ਆ। ਮੈਂ ਡਾਕਟਰ ਬਲਵੀਰ ਕੌਰ ਜਿਹੜੇ ਵਿਭਾਗ ਦੇ ਮੁਖੀ ਨੇ, ਇਹਨਾਂ ਦੇ ਸਾਰੇ ਜਿਹੜੇ ਸਟਾਫ ਦੇ ਸਾਥੀ ਹੈਗੇ ਨੇ ਔਰ ਸਾਰੇ ਵਿਦਿਆਰਥੀ ਜਿਹੜੇ ਬਹੁਤ ਜ਼ਿਆਦਾ ਦਿਲਚਸਪੀ ਦੇ ਨਾਲ, ਉਤਸ਼ਾਹ ਦੇ ਨਾਲ ਕੰਮ ਕਰਦੇ ਨੇ, ਮੈਂ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ। ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਇਹ ਫੈਸ਼ਨ ਡਿਜ਼ਾਇਨਿੰਗ ਵਿਭਾਗ ਦਾ ਇੱਕ ਆਪਣੇ ਆਪ ਦੇ ਵਿੱਚ ਅਸੀਂ ਇਨਕੂਬੇਸ਼ਨ ਸੈਂਟਰ ਵੀ ਜਿਹੜਾ ਹੈ ਕ੍ਰੀਏਟ ਕੀਤਾ ਹੋਇਆ, ਬੱਚਿਆਂ ਨੂੰ ਉੱਦਮੀ ਬਣਨ ਦੇ ਤੌਰ 'ਤੇ ਅਸੀਂ ਪਲੈਟਫਾਰਮ ਪ੍ਰੋਵਾਈਡ ਕਰਦੇ ਹਾਂ। ਜੇ ਔਨਲਾਈਨ ਫੈਸਿਲਿਟੀ ਚਾਹੀਦੀ ਹੈ ਕਾਲਜ ਦੀ, ਉਹ ਫੈਸਿਲਿਟੀ ਪ੍ਰੋਵਾਈਡ ਕਰਦੇ ਹਾਂ। ਕਾਲਜ ਦੀ ਜਿਹੜੀ ਮਸ਼ੀਨਰੀ ਆ ਉਹ ਪ੍ਰੋਵਾਈਡ ਕੀਤੀ ਜਾਂਦੀ ਆ, ਟ੍ਰੇਨਿੰਗ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਂਦੀ ਆ, ਜਿਸ ਸਹਾਰੇ ਸਾਡੇ ਬੱਚੇ ਜਿਹੜੇ ਨੇ ਉਹ ਗਰੋ ਕਰ ਰਹੇ ਨੇ। ਐਂਡ ਵੀ ਆਲ ਨੋ ਕਿ ਅੱਜ ਦਾ ਜਿਹੜਾ ਸਮਾਂ ਹੈਗਾ, ਇਸ ਵੇਲੇ ਔਨਲਾਈਨ ਵਪਾਰ ਦਾ ਸਮਾਂ ਹੈਗਾ, ਸਾਰੀ ਦੁਨੀਆ ਦੇ ਵਿੱਚ ਔਨਲਾਈਨ ਵਪਾਰ ਫੈਲ ਰਿਹਾ ਔਰ ਮੇਰੇ ਵਿਦਿਆਰਥੀ, ਮੇਰੇ ਕਾਲਜ ਦੇ ਸਟਾਫ ਸਾਥੀ ਲਗਾਤਾਰ ਯਤਨਸ਼ੀਲ ਨੇ ਕਿ ਅਸੀਂ ਖਾਲਸਾ ਕਾਲਜ ਪਟਿਆਲਾ ਦੇ ਵਿੱਚੋਂ ਵੱਧ ਤੋਂ ਵੱਧ ਉੱਦਮੀ ਪੈਦਾ ਕਰੀਏ। ਵੰਸ ਅਗੇਨ ਆਈ ਕੰਗਰੈਚੁਲੇਟ ਪ੍ਰੋਫੈਸਰ ਬਲਵੀਰ ਐਂਡ ਆਲ ਦਾ ਸਟਾਫ ਮੈਂਬਰਸ ਐਂਡ ਆਲ ਦਾ ਸਟੂਡੈਂਟਸ। ਥੈਂਕ ਯੂ ਵੈਰੀ ਮੱਚ।